ਥੱਕੀ ਥੱਕੀ ਆਈ ਹੈ, ਦੇਖੋ ਭੱਜੀ ਭੱਜੀ ਮੈਂ ਥੱਕ ਜਾਂਦੀ ਹੈ। ਇੱਕ ਬਜ਼ੁਰਗ ਮਹਿਲਾ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਅਤੇ ਬਾਅਦ 'ਚ ਉਸ ਦੇ ਗਹਿਣੇ ਲੁੱਟਣ ਦੀ ਵਾਰਦਾਤ ਨੂੰ ਪੁਲਿਸ ਨੇ ਮਹਿਜ 2 ਘੰਟਿਆਂ 'ਚ ਹੱਲ ਕਰ ਲਿਆ। ਜੀ ਹਾਂ, ਪੁਲਿਸ ਨੇ ਕਤਲ ਕਰਨ ਵਾਲੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਖੰਨਾ ਦੇ ਉੱਚਾ ਵਿਹੜਾ ਇਲਾਕੇ 'ਚ ਰਾਣੀਵਾਲਾ ਛੱਪੜੇ, ਜਿੱਥੇ ਕਿ ਇੱਕ ਬਜ਼ੁਰਗ ਔਰਤ ਦਾ ਬੜੀ ਬੇਰਹਿਮੀ ਦੇ ਨਾਲ ਘਰ 'ਚ ਵੜ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਬੁੱਧਵਾਰ ਰਾਤ ਨੂੰ ਹੋਈ ਹੈ, ਜਿੱਥੇ ਕਿ ਕਤਲ ਤੋਂ ਬਾਅਦ ਕਮਰੇ 'ਚ ਬਜ਼ੁਰਗ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਅਤੇ ਮਹਿਲਾ ਨੂੰ 2 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ। ਉੱਧਰ ਇਸ ਪੂਰੇ ਮਾਮਲੇ ਦੀਆਂ ਕੁਝ CCTV ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਦਰਅਸਲ ਪਹਿਲਾਂ ਤੁਹਾਨੂੰ ਉਹ CCTV ਤਸਵੀਰਾਂ ਦਿਖਾ ਦਿੰਦੇ ਹਾਂ, ਜਿਸ ਵਿੱਚ ਇਹ ਮਹਿਲਾ ਘਰ 'ਚ ਦਾਖਲ ਹੁੰਦੀ ਅਤੇ ਫਿਰ ਬਾਹਰ ਆਉਂਦੀ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ 65 ਸਾਲਾ ਕਮਲੇਸ਼ ਰਾਣੀ ਦੀ ਲਾਸ਼ ਕਮਰੇ ਵਿੱਚੋਂ ਬਰਾਮਦ ਕੀਤੀ ਗਈ ਸੀ। ਥੱਕੀ ਥੱਕੀ ਆਈ ਹੈ, ਦੇਖੋ ਭੱਜੀ ਭੱਜੀ ਮੈਂ ਥੱਕ ਜਾਂਦੀ ਹੈ। ਅੱਗੇ ਕਿੱਧਰ ਨੂੰ ਗਈ ਹੈ ਵੀਡੀਓ ਬਣਾਉਣਾ ਵੀਰੇ? ਤਾਂ ਘਟਨਾ ਦੇ ਸਮੇਂ CCTV ਸਾਹਮਣੇ ਆਈ ਸੀ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਸ਼ਾਮ ਨੂੰ 7:30 ਵਜੇ ਇੱਕ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ਵਿੱਚ ਦਾਖਲ ਹੁੰਦੀ ਹੈ ਅਤੇ ਉਹ ਕਰੀਬ 2 ਘੰਟੇ ਬਾਅਦ ਯਾਨੀ ਕਿ 9:30 ਵਜੇ ਦੇ ਕਰੀਬ ਘਰ ਤੋਂ ਬਾਹਰ ਨਿਕਲਦੀ ਹੈ। ਜਿਸ ਤੋਂ ਬਾਅਦ ਜਦੋਂ ਰਾਤ ਦੇ ਕਰੀਬ 12 ਵਜੇ ਕਮਲੇਸ਼ ਰਾਣੀ ਦਾ ਬੇਟਾ ਘਰ ਆਇਆ ਤਾਂ ਉਸ ਨੂੰ ਆਪਣੀ ਮਾਂ ਦੀ ਲਾਸ਼ ਖੂਨ ਨਾਲ ਲਥਪਥ ਕਮਰੇ ਵਿੱਚੋਂ ਮਿਲੀ ਸੀ। ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਪਾਇਆ ਕਿ ਇਹ ਔਰਤ, ਜਿਸਦਾ ਨਾਮ ਸ਼ਾਨ ਅੱਬਾਸ ਦੱਸਿਆ ਜਾ ਰਿਹਾ ਹੈ, ਉਸ ਵੱਲੋਂ ਮਹਿਲਾ ਕੋਲੋਂ 5,000 ਰੁਪਏ ਦੀ ਮੰਗ ਕੀਤੀ ਗਈ ਸੀ, ਪਰ ਜਦੋਂ ਮਹਿਲਾ ਨੇ ਇਸ ਨੂੰ 5,000 ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਇਸ ਨੇ ਤੈਸ਼ ਵਿੱਚ ਆ ਕੇ ਉਸ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਅਤੇ ਉਸਦੇ ਪਾਈਆਂ ਵਾਲੀਆਂ ਅਤੇ ਦੂਜੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਏਰੀਆ ਦੇ ਵਿੱਚ ਖੰਨੇ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀਗਾ। ਇੱਕ ਕਮਲੇਸ਼ ਰਾਣੀ ਜੀ, ਜਿਨ੍ਹਾਂ ਦੀ ਉਮਰ ਕਰੀਬ 6-8 ਸਾਲ ਹੈਗੇ, ਉਹਨਾਂ ਦੀ ਚੱਕੂ ਮਾਰ ਕੇ ਕਤਲ ਕੀਤਾ ਗਿਆ ਸੀਗਾ। ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ, 12:30 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ। ਇਮੀਡੀਏਟਲੀ DSP ਸਿਟੀ, SHO ਸਿਟੀ ਐਂਡ DSP ਡਿਟੈਕਟਿਵ ਐਂਡ ਮੈਂ ਖੁਦ ਵੀ ਮੌਕੇ 'ਤੇ ਸੀ। ਇਹਦੇ ਵਿੱਚ ਅਸੀਂ ਟੀਮਾਂ ਬਣਾਏ ਔਰ ਫੈਮਿਲੀ ਦੇ ਨਾਲ ਇੰਟਰੈਕਟ ਕੀਤਾ, ਨਾਲੇ ਜੋ ਏਰੀਆ ਦੇ ਵਿੱਚ ਜੋ CCTV ਕੈਮਰੇ ਸੀਗੇ ਉਹਨਾਂ ਨੂੰ ਖੰਗਾਲੇ। ਉੱਤੇ ਸਾਨੂੰ ਪ੍ਰਾਇਮਰੀ ਤੌਰ 'ਤੇ ਇਹ ਇਨਫੋਰਮੇਸ਼ਨ ਮਿਲੀ ਸੀਗੀ, ਇੱਕ ਲੇਡੀ ਉਸੀ ਏਰੀਆ ਦੇ ਰਹਿਣ ਵਾਲੇ ਇੱਕ ਸ਼ਾਨ ਅੱਬਾਸ, ਉਮਰ ਤਕਰੀਬਨ 35 ਸਾਲ ਦੀ ਹੈਗੀ ਆ, ਉਹ ਅੱਜ ਉਸ ਘਰ ਦੇ ਵਿੱਚ ਤਕਰੀਬਨ 7:30 ਵਜੇ ਆਏ ਹੋਏ ਪਾਏ ਗਏ ਸੀਗੇ। ਔਰ ਇਹ ਇਹਨਾਂ ਦੀ ਪੁਰਾਣੀ ਜਾਣਕਾਰ ਵੀ ਸੀਗੇ, ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਸ 'ਚ ਜੋ ਮਤਲਬ ਜਾਣਕਾਰੀ ਸੀਗੀ, ਆਉਣਾ ਜਾਣਾ ਸੀਗਾ, ਉਹ ਕੰਮ ਸੀਗਾ। ਔਰ ਫਿਰ ਉਹ ਸਾਨੂੰ ਕੈਮਰੇ ਕੇ ਥਰੂ ਵੀ ਉਹ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:30 ਦੇ ਵਿੱਚ ਬਸ ਇੱਕ ਜੋ ਸ਼ਾਨ ਅੱਬਾਸ ਉਹਨਾਂ ਦੇ ਹੀ ਮੂਵਮੈਂਟ ਸੀਗਾ, ਹੋਰ ਕਿਸੇ ਦਾ ਨਹੀਂ ਸੀਗੀ। ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੇ ਜੋ ਪੁਲਿਸ ਟੀਮਸ ਹੈਗੇ ਆ ਉਹਨਾਂ ਨੂੰ ਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕਨਫੈਸ ਕੀਤੀ ਗਈ ਸੀਗੀ ਕਿ ਇੰਨੇ ਉਸੀ ਦੇ ਕੱਲ੍ਹ ਰਾਤ ਇੰਨੇ ਗਏ ਸੀਗੇ, ਉਹਨਾਂ ਦੇ ਕੋਠੀ ਗਏ ਸੀਗੇ,
ਕਮਲੇਸ਼ ਰਾਣੀ ਜੀ ਦੀ ਕੋਠੀ ਗਏ ਸੀਗੇ ਔਰ ਇਹ 5000 ਦੇ ਪੈਸੇ ਦੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਨੂੰ ਲੋੜ ਸੀ, ਪੈਸੇ ਦੀ ਲੋੜ ਸੀਗੀ। ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜ਼ੀ ਹੋਈ ਔਰ ਇੱਕ ਗੱਲ ਚੱਲਦੇ ਚੱਲਦੇ ਉਹ ਦੂਜੇ 'ਤੇ ਹੱਥਾਪਾਈ ਸ਼ੁਰੂ ਹੋ ਗਈ। ਹੱਥਾਪਾਈ ਤੋਂ ਫਿਰ ਕਰ ਕਾਫੀ ਛੋਟੀ ਹੈਗੀ ਹੈ, ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕਾ ਕੱਲ੍ਹ ਦਾ ਦੇਖੇ ਵੀ ਹੈਗੇ। ਉਹਦੇ ਵਿੱਚ ਜਿਵੇਂ ਬਿਲਕੁਲ ਬੈੱਡਰੂਮ 'ਤੇ ਜੋ ਵਾਰਦਾ ਜਿੱਥੇ ਵਾਪਰੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ, ਉੱਥੋਂ ਦੀ ਉਹਨੇ ਚੱਕੂ ਲਿਆ। ਉਹ ਚੱਕੂ ਨਾਲ ਉਹਨਾਂ ਨੇ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ 'ਤੇ ਉਹਨਾਂ ਦੀ ਨੈਕ 'ਤੇ ਲੱਗੀ, ਉਹਦੇ ਨਾਲ ਬਲੀਡਿੰਗ ਨਾਲ ਉਹਨਾਂ ਦੀ ਡੈਥ ਹੋ ਗਈ। ਤੋ ਫਿਰ ਇਹ ਘਬਰਾ ਕੇ ਉੱਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚਾਹੀਏ ਲੱਗੇ ਸੀਗੇ, ਬੈਂਗਲਸ ਲੱਗੇ ਸੀ, ਉਹਨੂੰ ਲੈ ਕੇ ਉੱਥੋਂ ਦੀ ਇਹ ਚੱਲ ਗਏ ਸੀਗੇ। ਲੇਕਿਨ ਟੀਮ, ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ, ਸੰਜੀਦਾ ਮਾਮਲਾ ਸੀਗਾ, ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਸਾਰੇ ਹੀ ਔਫਿਸਰ ਸਾਹਿਬਾਨ ਜੋ ਆਪਣੀ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ, ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟਰੇਸ ਕੀਤੀ। ਤਾਂ 5000 ਰੁਪਏ ਨੂੰ ਲੈ ਕੇ ਇਸ ਔਰਤ ਦਾ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਮੁਲਜ਼ਮ ਔਰਤ ਪੁਲਿਸ ਦੀ ਗ੍ਰਿਫਤ 'ਚ ਆ ਗਈ ਹੈ। ਦਰਅਸਲ ਮ੍ਰਿਤਕ ਔਰਤ ਦੇ ਦੋਵੇਂ ਬੇਟੇ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਬੀਤੀ ਰਾਤ ਜਿਵੇਂ ਹੀ ਉਹ ਘਰ ਤੋਂ ਬਾਹਰ ਗਏ ਤਾਂ ਇਹ ਔਰਤ ਉਹਨਾਂ ਦੇ ਘਰ ਵਿੱਚ ਦਾਖਲ ਹੋਈ ਅਤੇ ਉਸ ਬਜ਼ੁਰਗ ਮਹਿਲਾ ਤੋਂ 5000 ਰੁਪਏ ਦੀ ਮੰਗ ਕਰਨ ਲੱਗੀ, ਜਿਸ ਤੋਂ ਬਾਅਦ ਜਦੋਂ ਉਸਨੇ ਇਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਮਹਿਲਾ ਨੇ ਉਸ ਬਜ਼ੁਰਗ ਕਮਲੇਸ਼ ਰਾਣੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਇਹ ਪੁਲਿਸ ਦੀ ਗ੍ਰਿਫਤ 'ਚ ਅਤੇ ਪਰਿਵਾਰ ਇਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਖੰਨਾ ਤੋਂ ਕਨਵਿੰਦਰ ਢਿੱਲੋਂ, ਸੈਂਟਰਲ ਪੰਜਾਬ TV।